ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਬੜੇ ਅਹਿਮ ਮੁੱਦੇ ਤੇ ਗੱਲ ਕਰਨੀ ਆ ਜੋ ਪੰਜਾਬ ਦਾ ਇਸ ਵਕਤ ਮੀਡੀਆ ਜਿਸ ਤੰਗ ਦੇ ਨਾਲ ਭਗਵੰਤਪਾਲ ਦੀ ਸਰਕਾਰ ਨੇ ਅਰਵਿੰਦ ਕੇਜਰੀਵਾਲ ਨੇ ਉਹਨੂੰ ਲਗਭਗ ਗੋਦੀ ਮੀਡੀਆ ਦੀ ਤਰਜ਼ ਤੇ ਆਪਣੇ ਸੂਬੇ ਵਿੱਚ ਕੇਜੀ ਮੀਡੀਆ ਬਣਾ ਰੱਖਿਆ ਅੱਜ ਜੋ ਮੇਰੇ ਨਾਲ ਬੀਤਿਆ ਮੇਰੀ ਹੱਡ ਬੀਤੀ ਉਹ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਵਿਚਾਰ ਸਾਂਝੇ ਕਰਨੇ ਮੈਂ ਕੋਈ ਗੱਲ ਲੁਕੋ ਕੇ ਨਹੀਂ ਰੱਖਣਾ ਚਾਹੁੰਦਾ ਔਰ ਤੁਸੀਂ ਸਭ ਜਾਣਦੇ ਹੋ ਕਿ ਜਿਹੜਾ ਸੱਚ ਆ ਨਾ ਉਹ ਕੋੜਾ ਬਹੁਤ ਹੁੰਦਾ ਉਹਨੂੰ ਹজম ਕਰਨਾ ਬਹੁਤ ਔਖਾ ਹੁੰਦਾ ਅੱਜ ਕੀ ਹੋਇਆ ਕਿ ਜਦੋਂ ਵਿਧਾਨ ਸਭਾ ਦੀ ਪ੍ਰੋਸੀਡਿੰਗ ਹੋਣੀ ਸੀ ਸ਼ੁਰੂ ਅਸੀਂ ਤਕਰੀਬਨ 1:30 ਵਜੇ ਵਿਧਾਨ ਸਭਾ ਦੇ ਅਸੀਂ ਜਿਹੜਾ نیچے ਹੈਗਾ ਐਂਟਰੈਂਸ ਪੁਆਇੰਟ ਹੈ ਉੱਥੇ ਸਾਰਾ ਮੀਡੀਆ ਸੀਗਾ ਮੇਰੇ ਤੋਂ ਪਹਿਲਾਂ ਜਾਂਦਿਆਂ ਨੂੰ ਸਰਦਾਰ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ ਓਪੋਜੀਸ਼ਨ ਪ੍ਰੈਸ ਨੂੰ ਜਿਹੜਾ ਸੀਗੇ ਐਡਰੈਸ ਕਰ ਰਹੇ ਸੀਗੇ ਉਹਨਾਂ ਦਾ ਜਿਹੜਾ ਐਡਰੈਸ ਸੀਗਾ ਉਹ ਜਿਹੜੇ ਐਸਟੈਬਲਿਸ਼ਡ ਚੈਨਲ ਨੇ ਉਹਨਾਂ ਦੇ ਉੱਤੇ ਲਾਈਵ ਦਿਖਾਇਆ ਜਾ ਰਿਹਾ ਸੀ ਜਿੱਦਾਂ ਨਿਊਜ਼ 18 ਔਰ ਜ਼ੀ ਤੇ ਵਗੈਰਾ ਵਗੈਰਾ ਦੇ ਉੱਤੇ ਤੇ ਜਿਸ ਵਕਤ ਮੈਂ ਗਿਆਵਾ ਪਹਿਲਾਂ ਵੀ ਮੇਰੇ ਨਾਲ ਹੋ ਰਿਹਾ ਮੇਰੇ ਚਲਦੇ ਵਿੱਚ ਲਾਈਵ ਮਾਈਕ ਚੱਕ ਕੇ ਚਲ ਜਾਂਦੇ ਤੁਸੀਂ ਸਾਰਿਆਂ ਨੇ ਦੇਖਿਆ ਹੋਇਆ ਦੋ ਮੂਮੈਂਟ ਜਦੋਂ ਮੈਂ ਉੱਥੇ ਆਪਣੀ ਗੱਲ ਕਹਿਣ ਗਿਆ ਉੱਥੇ ਖੜਾ ਹੋਇਆ ਮੀਡੀਆ ਦੇ ਸਾਹਮਣੇ ਤੇ ਜਿਹੜੇ ਈਦਾਂ ਦੇ ਬਕਾਊ ਚੈਨਲ ਸੀਗੇ ਜਿਹੜਾ ਬਕਾਊ ਮੀਡੀਆ ਵਾ ਉਹਨਾਂ ਨੇ ਆਪਣੇ ਆਪਣੇ ਜਿਹੜੇ ਲਾਈਵ ਸੀ ਕਵਰੇਜ ਉਸੇ ਵੇਲੇ ਬਲੌਕ ਕਰ ਦਿੱਤੀ ਬੰਦ ਕਰ ਦਿੱਤੀ ਤੇ ਉਹਦੀ ਡਿਟੇਲ ਚ ਮੈਂ ਆਉਣਾ ਅਸਲ ਚ ਮੈਂ ਆਇਆ ਜਾਇਆ ਸੀਗਾ ਵਿਧਾਨ ਸਭਾ ਦੇ ਵਿੱਚ ਜਿਹੜਾ ਮਸਲਾ ਸਰਬਜੀਤ ਕੌਰ ਮਾਨੁਕੇ ਦਾ ਜਿਹੜੀ ਐਨ ਆਰ ਆਈ ਦੀ ਕੋਠੀ ਦੱਬੀ ਹੋਈ ਆ ਉਸ ਮਸਲੇ ਨੂੰ ਲੈ ਕੇ ਮੈਂ ਸਾਰੀ ਡਿਟੇਲਡ ਐਕਸਪਲੇਨੇਸ਼ਨ ਦੇਣੀ ਕਿ ਕਿਸ ਤਰ੍ਹਾਂ ਸ਼ੋਕ ਕੁਮਾਰ ਤੇ ਪਰਚਾ ਦਾ ਦਰਜ ਕਰ ਦਿੱਤਾ ਵਾ ਪਰ ਜਿਹੜੇ ਅਸਲ ਗੁਨਾਹਗਾਰ ਨੇ ਜਿਹੜਾ ਗੈਂਗ ਐ ਲਾਈਨ ਮਾਫੀਆ ਦਾ ਸਰਬਜੀਤ ਕੌਰ ਮਾਣੂ ਕਿ ਕਰਮ ਸਿੰਘ ਸਿੱਧੂ ਜਿਨ੍ਹਾਂ ਨੇ ਅਸਲ ਵਿੱਚ ਅੱਗੇ ਰਜਿਸਟਰੀਆਂ ਕਰਾਈਆਂ ਤੇ ਕਰਾਏ নামে ਬਣਾਏ ਝੂਠੇ ਫਾਲਸ ਮੈਂ ਉਹਨਾਂ ਦੀ ਗੱਲ ਕਰ ਰਿਹਾ ਸੀਗਾ ਔਰ ਅੱਜ ਸਪੈਸ਼ਲ ਤੌਰ ਤੇ ਜਗਰਾਉਂ ਤੋਂ ਚਲ ਕੇ ਸਾਡੇ ਸਤਕਾਰਯੋਗ ਅਮਰਜੀਤ ਕੌਰ ਜੀ ਜਿਹੜੇ ਤੁਸੀਂ ਉਹ ਪਰੇ ਦੇਖ ਸਕਦੇ ਹੋ ਬੀਬੀ ਅਮਰਜੀਤ ਕੌਰ ਜਿਹੜੀ ਮਾਲਕ ਹੈ ਕੋਠੀ ਦੀ 77 ਸਾਲ ਉਹਨਾਂ ਦੀ ਏਜ ਐ ਤੁਸੀਂ ਸਾਹਮਣੇ ਦੇਖ ਸਕਦੇ ਹੋ ਵੀਲਚੇਅਰ ਵੋਕਰ ਉਹਨਾਂ ਦਾ ਨਾਲ ਹੈਗਾ ਵਾ ਔਰ ਨਾਲ ਉਹਨਾਂ ਦੇ ਅੱਗੇ ਉਹਨਾਂ ਦੀ ਡਾਟਰ ਇਨ-ਲॉ ਜੋ ਕਿ ਕੈਨੇਡਾ ਤੋਂ ਸਪੈਸ਼ਲਿਸਟ ਐਡੀ ਗਰਮੀ ਦੇ ਵਿੱਚ ਬੀਬੀ ਕੁਲਦੀਪ ਕੌਰ ਜਿਹੜੇ ਕਿ ਹੁਣ ਕਾਫੀ ਤੁਸੀਂ ਸਾਰੇ ਸਮਝਦੇ ਹੋ ਇਹ ਅੱਜ ਵਿਸ਼ੇਸ਼ ਚੰਡੀਗੜ੍ਹ ਆਏ ਸੀਗੇ ਕਿ ਅਸੀਂ ਮੀਡੀਆ ਦੇ ਸਾਹਮਣੇ ਜਾ ਕੇ ਆਪਣੀ ਗੱਲ ਰੱਖਣਾ ਚਾਹੁੰਦੇ ਆਂ ਅਸ਼ੋਕ ਕੁਮਾਰ ਦੀ ਐਫਆਈਆਲ ਚਲੋ ਉਹ ਤਾਂ ਜਿਹੜੀ ਗੱਲ ਅਸੀਂ ਰੱਖਣੀ ਸੀ ਕਿ ਜਦੋਂ ਮੈਂ ਗੱਲ ਕਰ ਰਿਹਾ ਸੀਗਾ ਮੇਰੇ ਪਿੱਛੇ ਦੋ ਤਿੰਨ ਬੰਦੇ ਵਿਅਕਤੀ ਸ਼ਰਾਰਤੀ ਮੈਨੂੰ ਨਾਮ ਲੈਣ ਵਿੱਚ ਕੋਈ ਗੁਰੇਜ਼ ਨਹੀਂ ਮੈਂ ਕਰਦਾ ਮੈਂ ਦੱਸ ਵੀ ਦਿੰਦਾ ਵਾਂ ਉਹ ਪਿੱਛੇ ਮੈਨੂੰ ਡਿਸਟਰਬ ਕਰ ਰਹੇ ਸੀ ਕਿ ਜੀ ਤੁਸੀਂ ਆਪਣਾ ਜਲਦੀ ਕੰਮ ਖਤਮ ਕਰੋ ਅਸੀਂ ਉਧਰ ਜਾਣਾ ਅਸੀਂ ਜਲਦੀ ਖਤਮ ਕਰੋ ਜਲਦੀ ਜਦੋਂ ਆਦਮੀ ਕੋਈ ਕਿਸੇ ਗੱਲ ਨੂੰ ਸੀਰੀਅਸਲੀ ਐਕਸਪਲੇਨ ਕਰ ਰਿਹਾ ਉਹਦੇ ਵਿੱਚ ਡਿਸਟਰਬੈਂਸ ਹੁੰਦੀ ਤਾਂ ਮੈਂ ਉਹਨਾਂ ਨੂੰ ਪਿੱਛੇ ਇਹ ਰਿਟਾਰਟ ਕੀਤਾ ਕਿ ਤੁਸੀਂ ਕਿਹੜਾ ਮੈਨੂੰ ਦਿਖਾਉਨੇ ਹੋ ਤੁਸੀਂ ਤਾਂ ਆਪਣਾ ਲਾਈਵ ਤੁਰੰਤ ਬੰਦ ਕਰ ਦੇਣੇ ਨੇ ਤੁਸੀਂ ਆਪਣਾ ਮਾਈਕ ਚੱਕ ਕੇ ਚਲ ਜਾਓ ਮੈਨੂੰ ਇਦਾਂ ਦੇ ਬਕਾਊ ਮੀਡੀਆ ਦੀ ਲੋੜ ਨਹੀਂ ਹੈਗੀ ਬਸ ਇਸ ਗੱਲ ਦੇ ਉੱਤੇ ਉਹ ਸ਼ੋਰ ਮਚਾਉਣ ਲੱਗ ਗਏ ਬੁਰੀ ਹਾਲ ਜਦੋਂ ਮੈਂ ਕਿਹਾ ਕਿ ਸੱਚ ਜਰਨਾ ਕੋੜਾ ਹੁੰ ਔਰ ਇਹ ਸ਼ਰਾਰਤ ਕੀਤੀ ਹੈਗੀ ਆ ਨਪਿੰਦਰ ਸਿੰਘ ਬਰਾੜ ਹੈ ਇੱਕ ਜਿਹੜਾ ਕਿ ਨਿਊਜ਼ 18 ਦਾ ਇੱਕ ਟੀਵੀ ਜਰਨਲਿਸਟ ਹੈ ਔਰ ਤੁਸੀਂ ਮੈਨੂੰ ਦੇਖ ਰਹੇ ਹੋ ਕਿ ਮੈਂ ਅਕਸਰ ਕਿੰਨਾ ਕੰਮ ਕਰ ਰਿਹਾ ਘਟਾਰੂ ਚੱਕ ਦਾ ਮਸਲਾ ਬਰਜਿੰਦਰ ਸਿੰਘ ਹਮਦਰ ਦੇ ਮੀਡੀਆ ਦੇ ਉੱਤੇ ਜੋ ਹਮਲਾ ਹੋ ਰਿਹਾ ਉਸ ਦੀ ਲੜਾਈ ਬੀਬੀ ਸਰਬਜੀਤ ਕੌਰ ਮਾਨੂੰ ਕੋ ਤੇ ਗੈਂਗ ਦੀ ਕੋਠੀ ਤੇ ਕਬਜ਼ਾ ਮੈਨੂੰ ਕਦੀ ਤੁਸੀਂ ਇਸਟੈਬਲਿਸ਼ਡ ਨਿਊਜ਼ ਚੈਨਲ ਦੇ ਉੱਤੇ ਦੇਖਿਆ ਬਲਕਿ ਇਨਫੈਕਟ ਸੌਰੀ ਟੂ ਸੇ ਬਹੁਤ ਰੇਅਰਲੀ ਕਿਤੇ ਪ੍ਰਿੰਟ ਮੀਡੀਆ ਦੇ ਵਿੱਚ ਵੀ ਖਬਰ ਆਉਂਦੀ ਆ ਅਸੀਂ ਉਸ ਦਿਨ ਬੈਠ ਕੇ ਲੀਡਰ ਆਫ ਆਪੋਜੀਸ਼ਨ ਨੇ ਇਹਨਾਂ ਦੇ ਨਾਲ ਬੈਠ ਕੇ ਇੱਕ ਬਕਾਇਦਾ ਤੌਰ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਸੀ ਕਾਂਗਰਸ ਭਵਨ ਚੋਂ ਅੱਜ ਤੋਂ ਮੇਰੇ ਖਿਆਲ ਸ਼ਾਇਦ ਤਰੀਕ ਉਸ ਦਿਨ 16 ਸੀਗੀ ਬਹੁਤ ਹੀ ਘੱਟ ਅਖਬਾਰਾਂ ਨੇ ਉਸ ਦੀ ਖਬਰ ਜਿਹੜੀ ਸੀਗੀ ਉਹ ਛਾਇਆ ਕੀਤੀ ਹੋਰ ਇੱਧਰ ਉੱਧਰ ਦੀਆਂ ਖਬਰਾਂ ਸੋ ਜਿਹੜਾ ਮੀਡੀਆ ਸਾਨੂੰ ਆਲਰੇਡੀ ਪਹਿਲਾਂ ਹੀ ਬਲੈਕਆਊਟ ਕਰ ਰਿਹਾ ਵਾ ਜਿਹੜਾ ਪਹਿਲਾਂ ਹੀ ਕੇਜਰੀਵਾਲ ਦੇ ਤੇ ਭਗਵੰਤ ਮਾਨ ਦੇ ਹੱਥਾਂ ਵਿੱਚ ਚੜਿਆ ਹੋਇਆ ਵਾ ਪੈਸਿਆਂ ਦੇ ਲਾਲਚ ਵਿੱਚ ਆਇਆ ਹੋਇਆ ਪੂ ਪੰਜਾਬ ਵਾਲਾ ਦੇਖੋ ਕਿੱਡਾ ਯਾਦਵੰਦਰ ਮੇਰਾ ਹੀ ਮਿੱਤਰ ਹੁੰਦਾ ਸੀ ਇੱਥੇ ਆਣ ਕੇ ਟੱਕੇ ਨਾਲ ਇੰਟਰਵਿਊ ਲੈਂਦਾ ਸੀਗਾ ਸ਼ਾਇਦ ਉਹਦਾ ਨਾਮ ਕਰਫਿਊ ਵੀ ਰੱਖਿਆ ਸੀਗਾ ਤੇ ਮੈਂ ਉਹਨੂੰ ਕਦੀ ਮਨਾ ਨਹੀਂ ਸੀ ਕੀਤਾ ਔਰ ਬੜੇ ਸਵਾਲ ਵੀ ਸਿੱਧੇ ਕੋੜੇ ਪੁੱਛਦਾ ਮੈਂ ਕਦੀ ਮਨਾ ਨਹੀਂ ਕੀਤਾ ਲੇਕਿਨ ਲੱਭੇ ਹੀ ਨਹੀਂ ਮੁੜ ਕੇ ਜਿਹੜੇ ਜਿਹੜੇ ਕਹਿੰਦੇ ਅਸੀਂ ਕਿਸਾਨੀ ਅੰਦੋਲਨ ਵਿੱਚ ਬਹੁਤ ਪੰਜਾਬ ਦਾ ਪੱਕ ਪੂਰਿਆ ਟੀਆਰਪੀ ਰੇਟਿੰਗ ਵਧਾ ਲਈਏ ਨਾ ਸਾਰੇ ਚੈਨਲਾਂ ਨੇ ਤੇ ਜਦੋਂ ਦੀ ਸਰਕਾਰ ਬਣੀ ਆ ਬਸ ਪੈਸਾ 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 ਔਰ ਜਿਹੜਾ ਮੀਡੀਆ ਪੈਸੇ ਨਾਲ ਨਹੀਂ ਵਿਕਦਾ ਜਦੋਂ ਹੁਣ ਕੀ ਰੌਲਾ ਪੈ ਗਿਆ ਵਰਜਿੰਦਰ ਸਿੰਘ ਹਮਦਰਦ ਅਜੀਤ ਦਾ ਸ਼ੋਰ ਕੀ ਆ ਸ਼ੋਰ ਇਹ ਆ ਕਿ ਉਹਨਾਂ ਨੂੰ ਹੁਣ ਇਹ ਵਿਜੀਲੈਂਸ ਦਾ ਡਰਾਵਾ ਦੇ ਕੇ ਤੇ ਉਹਦੇ ਖਿਲਾਫ ਜਾਂਚ ਚਲਾਈ ਹੋਈ ਹੈ ਉਹ ਤਾਂ ਹੁਣ ਲੱਗੀ ਹੈ ਨਾ ਅਜੀਤ ਦਾ ਹਿਸ਼ਤਿਆਰਬਾਜ਼ੀ ਉਹਨਾਂ ਨੇ ਨਵੰਬਰ 2022 ਚ ਬੰਦ ਕਰਤੀ ਸੀ ਕਿਉਂਕਿ ਅਜੀਤ ਦੂਸਰੀਆਂ ਅਖਬਾਰਾਂ ਵੱਲੋਂ ਵਾਂਗੂ ਜੋ ਚੰਡੀਗੜ੍ਹੋਂ ਲਿਖ ਕੇ ਜਾ ਰਿਆ ਸੀ ਸਰਕਾਰ ਵੱਲੋਂ ਉਹ ਛਾਪਦੇ ਨਹੀਂ ਸੀਗੇ ਉਹਨਾਂ ਨੇ ਆਪਣੀਆਂ ਕੋਈ ਗੱਲ ਇੰਡੀਪੈਂਡੈਂਟ ਰੱਖੀ ਸੀਗੀ ਤੇ ਜਦੋਂ ਨਹੀਂ ਮੰਨੇ ਨਵੰਬਰ 2022 ਚ ਉਹਦੇ ਇਸ਼ਤਿਹਾਰ ਬੰਦ ਕਰਤੇ ਮਤਲਬ ਕਿ ਬਾਵਾ ਮਰੂੜੀਆਂ ਗਿਆ ਕਿ ਤੁਸੀਂ ਬੰਦੇ ਬਣਜੋ ਨਹੀਂ ਤਾਂ ਤੁਹਾਡਾ ਅਸੀਂ ਅਖਬਾਰ ਚੱਲਣ ਨਹੀਂ ਦੇਵਾਂਗੇ ਗੱਲ ਨੌਪਤ ਇੱਥੇ ਆਈ ਹੋਈ ਹੈ ਤੇ ਜਦੋਂ ਬਿਲਕੁਲ ਨਹੀਂ ਮੰਨੇ ਤੇ ਹੁਣ ਉਹਦੇ ਚ ਵਿਜੀਲੈਂਸ ਦੀ ਜਾਂਚ ਕਰਾ ਦਿੱਤੀ ਭਗਵੰਤ ਸਿੰਘ ਮਾਨ ਨੂੰ ਮੈਂ ਪੁੱਛਣਾ ਚਾਹੁੰਦਾ ਫਿਰ ਤੁਸੀਂ ਇੱਥੇ ਤਾਂ ਵਿਜੀਲੈਂਸ ਵਰਤ ਰਹੇ ਹੋ ਜਦੋਂ ਤੁਹਾਡੀ ਸੀਪੀਆਈ ਜਾਂਚ ਕਰਦੀ ਆ ਮਨੀਸ਼ ਸੋਸੋੜੀਏ ਦੀ ਤੇ ਸਤਿੰਦਰ ਜੈਨ ਦੀ ਸੈਂਕੜੇ ਹਜ਼ਾਰਾਂ ਕਰੋੜ ਦੇ ਐਕਸਾਈਜ਼ ਸ਼ਰਾਬ ਘੁਟਾਲੇ ਦੀ ਫਿਰ ਤੁਸੀਂ ਚੀਕਾਂ ਨੂੰ ਮਾਰਦੇ ਹੋ ਫਿਰ ਉਹਨੇ ਕਿਉਂ ਫਿਰ ਉਥੇ ਜਾ ਕੇ ਗਰਮੀ ਦੇ ਵਿੱਚ ਬੈਠ ਕੇ ਧੁੱਪੇ ਧਰਨੇ ਮਾਰਦੇ ਹੋ ਤੇ ਮੋਦੀ ਨੂੰ ਕਹਿੰਨੇ ਹੋ ਕਿ বিজেপি ਨੂੰ ਕਹਿੰਨੇ ਕਿ ਜੀ ਇਹ ਇਹ ਤਾਂ ਗੋਦੀ ਮੀਡੀਆ ਹੋ ਗਿਆ ਇਹ ਸਾਰੀਆਂ ਏਜੰਸੀਆਂ ਸੀਬੀਆਈ ਤੇ ਈਡੀ ਤੇ ਇਨਕਮ ਟੈਕਸ ਨੂੰ ਆਪਣੇ ਵਿਰੋਧੀਆਂ ਦੇ ਖਰਾਬ ਇਸਤੇਮਾਲ ਕਰ ਰਹੀ ਕੀ ਪੰਜਾਬ ਦੇ ਵਿੱਚ ਕੀ ਹੋ ਰਿਹਾ ਵਾ ਕੀ ਤੁਸੀਂ ਸਿਲੇਕਟਿਵਲੀ ਸਾਰੀਆਂ ਏਜੰਸੀਆਂ ਇਸਤੇਮਾਲ ਨਹੀਂ ਕਰ ਰਹੇ ਵਿਜੀਲੈਂਸ ਤੇ ਪੁਲਿਸ ਨੂੰ ਤੁਸੀਂ ਕਟਾਰੂ ਚੱਕ ਨੂੰ ਨਹੀਂ ਵਿਚਾਰੇ ਤੁਸੀਂ ਉਹਦੇ ਖਿਲਾਫ ਕੋਈ ਕਾਰਵਾਈ ਹੋਣ ਦਿੱਤੀ ਬਲੇਟੈਂਟ ਸੈਕਸ असॉल्ट ਦੀਆਂ ਵੀਡੀਓਜ਼ ਆਈਆਂ ਪਬਲਿਕ ਡੋਮੇਨਸ ਗਵਰਨਰ ਨੇ ਵੈਰੀਫਾਈ ਕੀਤੀਆਂ ਕੋਈ ਐਕਸ਼ਨ ਨਹੀਂ ਆ ਜਿਹੜੀ ਅੱਜ ਐਫ ਆਈ ਆਰ ਫਰਜੀ ਜੀ ਕੀਤੀ ਐ ਸ਼ੋਕਮਾਰ ਤੇ ਇਹਨਾਂ ਦੇ ਮਸਲੇ ਨੂੰ ਲੈ ਕੇ ਇਹ ਵੀ ਤਾਂ ਕੀਤੀ ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਸੀਗਾ 11 12 ਦਿਨ ਬਾਅਦ ਇੱਕ ਅਸ਼ੋਕ ਕੁਮਾਰ ਦੇ ਉੱਤੇ ਪਰਚਾ ਦਰਜ ਕੀਤਾ ਵਾ ਸਿਰਫ ਲੋਕਾਂ ਨੂੰ ਦਿਖਾਉਣ ਵਾਸਤੇ ਕਿਸੇ ਐਕਸ਼ਨ ਕਰਤਾ ਅੰਡਰ ਆਪੋਜੀਸ਼ਨ ਦੇ ਪ੍ਰੈਸ਼ਰ ਦੇ ਥੱਲੇ ਪਰਚਾ ਦਰਜ ਹੋਇਆ ਵਾ ਔਰ अनेਕਾਂ ਹੋਰ ਇਹਨਾਂ ਦੇ ਐਮ ਐਲ ਏਜ਼ ਤੇ ਮਨਿਸਟਰਜ਼ ਨਿਤ ਦਿਨ ਗਲਤੀਆਂ ਕਰਦੇ ਨੇ ਉਹਨਾਂ ਦੇ ਖਿਲਾਫ ਤਾਂ ਕੋਈ ਐਕਸ਼ਨ ਨਹੀਂ ਹੁੰਦਾ ਲੇਕਿਨ ਆਪੋਜੀਸ਼ਨ ਤੇ 5 ਮਿੰਟ ਵਿੱਚ ਐਕਸ਼ਨ ਮੈਂ ਕਟਾਰੂ ਚੱਕ ਦਾ ਮਸਲਾ ਚੱਕਿਆ ਤੇ ਮੇਰੇ ਖਿਲਾਫ ਪਹਿਲਾ ਇੱਕ ਨਾਨ ਬਲੇਵੇਲ ਸੈਕਸ਼ਨ ਚ ਐਫ ਆਈ ਆਰ ਐਸ ਡੀ ਐਮ ਵੱਲੋਂ ਸ਼ਿਕਾਇਤ ਲਈ ਫਿਰ ਜਦੋਂ ਮੇਰੀ ਉਹਦੇ ਚ ਫੇਲ ਹੋ ਗਈ ਇੱਕ ਦੂਜੀ ਐਫ ਆਈ ਆਰ ਔਰ ਦੂਸਰੀ ਐਫ ਆਈ ਆਰ ਕਿਦੋਂ ਦਰਜ ਕੀਤੀ ਰਾਤ ਨੂੰ 2:30 ਵਜੇ ਪੁਲਤ ਪੁਲਿਸ ਸਟੇਸ਼ਨ ਵਿੱਚ ਨਾਨ ਬਲੇਵੇਲ ਸੈਕਸ਼ਨ ਲਾ ਕੇ ਮੇਰੇ ਵਾਈਫ ਦਾ ਨਾਮ ਲੈ ਆਂਦਾ ਮੇਰੇ ਪਿਤਾ ਜੀ ਅੱਜ ਹੈ ਨਹੀਂ ਕਿ ਉਹਨਾਂ ਦਾ ਨਾਮ ਲੈ ਆਂਦਾ ਕਿ ਇਹ ਇਨਸਾਫ ਪਸੰਦੀ ਹੈ ਔਰ ਅੱਜ ਵੀ ਜਿਹੜੀ ਅਸ਼ੋਕ ਕੁਮਾਰ ਦੀ ਐਫਆਈਆਰ ਦਰਜ ਕੀਤੀ ਆ ਅੱਜ ਜਗਰਾਉਂ ਥਾਣੇ ਸਿਟੀ ਪੁਲਿਸ ਸਟੇਸ਼ਨ ਵਿੱਚ ਸਵੇਰੇ 1:30 ਵਜੇ ਹੋਈ ਆ ਚੋਰਾ ਵਾਂਗੂ ਐਫਆਈਆਰ ਦਰਜ ਕੀਤੀ ਜਸਟ ਬਿਕੋਜ਼ ਮੀਡੀਆ ਹੋਊਗਾ ਇਹ ਜਾਣਗੇ ਚੰਡੀਗੜ੍ਹ ਵਿਧਾਨ ਸਭਾ 'ਚ ਸ਼ੋਰ ਮੱਚੇਗਾ ਆ ਤਾਂ ਇਹਨਾਂ ਦੀ ਕਰਤੂਤ ਆ ਮੇਰੇ ਦੋਸਤੋ ਵੀਰੋ ਭੈਣੋ ਤੇ ਭਰਾਓ ਜੋ ਕੁਝ ਭਗਵੰਤ ਮਾਨ ਤੇ ਕੇਜਰੀਵਾਲ ਭਾਜਪੀ ਦੇ ਅਲੀਗੇਸ਼ਨਸ ਲਾ ਰਹੇ ਨੇ ਕਿ ਇਹਨਾਂ ਨੇ ਮੀਡੀਆ ਹਾਈਜੈਕ ਕੀਤਾ ਵਾ ਇਹ ਏਜੰਸੀਆਂ ਨੂੰ ਆਪਣੇ ਪੋਲੀਟੀਕਲ ਓਪੋਨੈਂਟਸ ਦੇ ਖਿਲਾਫ ਇਸਤੇਮਾਲ ਕਰ ਰਹੇ ਨੇ ਉਦੋਂੋਂ ਵੱਧ ਅਤਿਆਚਾਰ ਤੇ ਤਸ਼ੱਦਦ ਪੰਜਾਬ ਦੇ ਵਿੱਚ ਇਹ ਕਰ ਰਹੇ ਨੇ ਇੱਥੇ ਸੇਮ ਇਹਨਾਂ ਨੇ ਮੀਡੀਆ ਸਾਰਾ ਅੱਜ ਇਸ ਵਕਤ 90-95% ਮੀਡੀਆ ਜਿਹੜਾ ਉਹ ਚੱਕਿਆ ਹੋਇਆ ਜਿਹੜਾ ਨਹੀਂ ਆਖੇ ਲੱਗਦਾ ਉਹਦੇ ਟੀਵੀ ਚੈਨਲ ਬੰਦ ਕਰਾ ਦਿੰਦੇ ਟਵਿੱਟਰ ਹੈਂਡਲ ਬੰਦ ਕਰਾ ਦਿੰਦੇ ਇਹ ਫੇ ਗੋਦੀ ਮੀਡੀਆ ਨਾਲੋਂ ਅਲੱਗ ਪੋਲਿਟਿਕਸ ਕੀ ਆ ਮੈਂ ਪੁੱਛਣਾ ਚਾਹੁੰਨਾ ਭਗਵੰਤ ਸਿੰਘ ਮਾਨ ਨੂੰ ਔਰ ਮੈਂ ਆਪਣੇ ਟੀਵੀ ਵਾਲੇ ਦੋਸਤਾਂ ਨੂੰ ਪੁੱਛਣਾ ਚਾਹੁੰਨਾ ਕਿ ਦੇਖੋ ਮੀਡੀਆ ਚੌਥਾ ਪਿੱਲਰ ਆ ਡੈਮੋਕ੍ਰੇਸੀ ਦਾ ਜੇ ਤੁਸੀਂ ਸਾਥ ਹੀ ਛੱਡ ਜਾਓਗੇ ਤੁਸੀਂ 24 ਘੰਟੇ ਸਿਰਫ ਸਰਕਾਰ 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 ਦਿਖਾਓਗੇ ਤੇ ਫੇ ਲੋਕਾਂ ਤੱਕ ਅਸਲੀ ਇਨਫੋਰਮੇਸ਼ਨ ਕਿੱਦਾਂ ਪਹੁੰਚੇਗੀ ਇਸ ਕਰਕੇ ਮੈਂ ਤਾਂ ਅੱਜ ਜੋ ਮੇਰੇ ਨਾਲ ਵਾਪਰਿਆ ਅੱਜ ਮੇਰੇ ਨਾਲ ਵਾਪਰ ਸਕਦਾ ਤੁਸੀਂ ਅੰਦਾਜ਼ਾ ਲਾ ਲਓ ਕਿ ਆਮ ਬੰਦੇ ਦੀ ਕੀ ਜ਼ਰੂਰਤ ਹੈ ਕਿ ਉਹਦੀ ਖਬਰ ਕਿਤੇ ਛਾਇਆ ਹੋ ਜੇ ਕਿਤੇ ਛੱਪ ਜਵੇ ਕਿਤੇ ਬੋਲ ਜਵੇ ਇਸ ਹਾਈਲੀ ਇੰਪੋਸੀਬਲ ਆ ਪੰਜਾਬ ਦੇ ਵਿੱਚ ਇੱਕ ਅਨਡਿਕਲੇਅਰਡ ਇਮਰਜੈਂਸੀ ਆਮ ਆਦਮੀ ਪਾਰਟੀ ਨੇ ਲਾਈ ਹੋਈ ਆ ਔਰ ਮੈਨੂੰ ਮੀਡੀਆ ਤੇ ਦੁੱਖ ਆ ਦੇਖੋ ਤੁਸੀਂ ਪੈਸਾ ਜ਼ਿੰਦਗੀ ਚ ਸਭ ਕੁਝ ਨਹੀਂਗਾ ਤੁਸੀਂ ਆਪਣੀ ਆਤਮਾ ਨੂੰ ਇੱਥੇ ਤੁਹਾਡੇ ਅੰਦਰ ਇੱਕ ਕੌਂਸ਼ੀਅੰਸ ਆ ਤੁਸੀਂ ਉਹਨੂੰ ਜਵਾਬਦੇਹ ਆ ਕਿ ਮੈਂ ਕੀ ਕੰਮ ਠੀਕ ਕਰ ਰਿਹਾ ਹਾਂ ਤੁਸੀਂ ਰਾਤ ਨੂੰ ਜਦੋਂ ਸੌਂਦੇ ਹੋਵੋਗੇ ਤੁਸੀਂ ਬਾਹਰ ਤਾਂ ਲੋਕਾਂ ਨੂੰ ਦਿਖਾ ਸਕਦੇ ਝੂਠ ਸੱਚ ਪਰ ਤੁਹਾਡੀ ਤੁਸੀਂ ਆਪਣੀ ਆਤਮਾ ਨੂੰ ਤੁਹਾਨੂੰ ਪੁੱਛਦੀ ਹੋਵੇਗੀ ਰਾਤ ਨੂੰ ਕਿ ਤੂੰ ਅੱਜ ਕੰਮ ਬੜਾ ਗਲਤ ਕੀਤਾ ਤੂੰ ਇੱਕ ਤਰਫਾ ਹੀ ਖਬਰ ਦਿਖਾਈ ਆ ਸਾਰੀ ਤੂੰ ਦੂਸਰੇ ਪਾਸੇ ਦਿਖਾਇਆ ਹੀ ਨਹੀਂ ਦੂਜਾ ਪੱਖ ਹੀ ਨਹੀਂ ਦਿਖਾਇਆ ਸਿਰਫ ਪੈਸਿਆਂ ਦੇ ਵਾਸਤੇ ਇਸ ਥਿਸ ਕਾਲਡ ਜਰਨਲਿਜ਼ਮ ਇਜ਼ਨਟ ਥਿਸ ਕਾਲਡ yellow ਜਰਨਲਿਜ਼ਮ ਇਜ਼ਨਟ ਥਿਸ ਐਬਸੋਲਿਊਟ ਯੂ نو ਡੀਜਨਰੇਸ਼ਨ ਆਫ ਦਾ ਮੀਡੀਆ ਇਨ ਪੰਜਾਬ ਇਹਦਾ ਸ਼ੁਕਰ ਕਰੋ ਕਿ ਜਿਹੜੇ ਕੁਝ ਚੈਨਲ ਬੜੇ ਬਾਇਜਤ ਬੰਦਿਆਂ ਦੇ ਦਲੇਰ ਬੰਦਿਆਂ ਦੇ ਜਿਹੜੇ ਨਹੀਂ ਮੰਨੇ ਉਹ ਚੱਲੀ ਜਾਂਦੇ ਨੇ ਔਰ ਮੈਨੂੰ ਦਿਖਾਇਆ ਬਾਜਵਾ ਸਾਹਿਬ ਨੇ ਇੱਕ ਚੈਨਲ ਦਾ ਇਹਨਾਂ ਦਾ ਹੀ ਮਸਲਾ ਸੀਗਾ ਉਹਨਾਂ ਨੇ ਕਿਤੇ ਸ਼ੇਅਰ ਕੀਤਾ ਆਪਣੇ ਚੈਨਲ ਦੇ ਉੱਤੇ ਤੇ 1 ਮਿਲੀਅਨ ਵਿਊਜ਼ ਸੀਗੀਆਂ ਤੇ ਜਿਹੜੇ ਨਹੀਂ ਦਿਖਾਉਂਦੇ ਸਾਨੂੰ ਉਹਨਾਂ ਤੋਂ ਬਗੈਰ ਵੀ ਜ਼ਿੰਦਗੀ ਗੁਜ਼ਰ ਚੱਲ ਰਹੀ ਹੈ ਉਹਨਾਂ ਤੋਂ ਬਗੈਰ ਵੀ ਸਾਡਾ ਗੁਜ਼ਾਰਾ ਹੋ ਰਿਹਾ ਸੋ ਇਸ ਕਰਕੇ ਮੈਂ ਕਿਸੇ ਦੇ ਜ਼ਾਤੀ ਖਿਲਾਫ ਨਹੀਂਗਾ ਨਾ ਮੈਂ ਮੀਡੀਆ ਦੇ ਖਿਲਾਫ ਮੈਂ ਤਾਂ ਸਾਰੀ ਜ਼ਿੰਦਗੀ ਲੜਾਈ ਲੜ ਰਿਹਾ ਤੁਹਾਡੀ ਵੀ ਲੜਾਈ ਲੜ ਰਿਹਾ ਵਾਂ ਅਗਰ ਮੈਂ ਵਰਜਿੰਦਰ ਸਿੰਘ ਅਜੀਤ ਅਖਬਾਰ ਦੀ ਲੜਾਈ ਲੜ ਰਿਹਾ ਸਮਝਾ ਮੀਡੀਆ ਦੀ ਲੜਾਈ ਲੜ ਰਿਹਾ ਆ ਜਿਹੜੇ ਤੁਸੀਂ ਅੱਜ ਬਹੁਤ ਜ਼ਿਆਦਾ ਉਹਨਾਂ ਦੇ ਸਾਹਮਣੇ ਝੁਕ ਰਹੇ ਹੋ ਕੱਲ ਨੂੰ ਤੁਹਾਨੂੰ ਵੀ ਉਹ ਵਿਕਟਿਮਾਈਜ਼ ਕਰ ਸਕਦੇ ਹੋ ਤੁਹਾਡੇ ਦੇ ਵੀ ਪਰਚੇ ਦਰਜ ਕਰ ਸਕਦੇ ਮੈਂ ਤੁਹਾਡੀ ਲੜਾਈ ਲੜੂਗਾ ਸੋ ਡੋਨਟ ਮੇਕ ਇਟ ਅ ਪਰਸਨਲ ਇਸ਼ੂ ਐਂਡ ਡੋਨਟ ਟ੍ਰਾਈ ਟੂ ਇੰਟੀਮੀਡੇਟ ਮੀ ਡੋਨਟ ਟ੍ਰਾਈ ਟੂ ਬਰਾਊ ਬੀਟ ਮੀ ਡੋਨਟ ਟ੍ਰਾਈ ਟੂ ਸਕੇਅਰ ਮੀ ਮੈਂ ਇਦਾਂ ਦਾ ਬੰਦਾ ਇਦਾਂ ਝੁੱਕ ਕੇ ਡਰਨ ਵਾਲਾ ਬੰਦਾ ਚ ਪਿਆਰ ਨਾਲ ਤੂੰ ਤੁਸੀਂ ਸਭ ਕੁਝ ਕਰਾ ਸਕਦੇ ਹੋ ਔਰ ਨਾ ਮੈਂ ਕਿਸੇ ਨਾਲ ਗਲਤ ਕੱਲ ਕੀ ਬੜੀ ਉੱਚ-ਉੱਚੀ ਤੁਸੀਂ ਠੀਕ ਹੈ ਆਪਣੀ ਜਗ੍ਹਾ ਤੇ ਮੀਡੀਆ ਪਰਸਨਸ ਹੋ ਪਰ ਤੁਹਾਨੂੰ ਕਿਸ ਨੇ ਅਧਿਕਾਰ ਦਿੱਤਾ ਕਿ ਤੁਸੀਂ ਉੱਚੀ ਉੱਚੀ ਕਿਸੇ ਦੇ ਖਿਲਾਫ ਬੋਲ ਕੇ ਤੇ ਉਹਦੀ ਆਵਾਜ਼ ਬੰਦ ਕਰਨਾ ਚਾਹੁੰਦੇ ਇਹ ਆਵਾਜ਼ ਇਸੇ ਤਰ੍ਹਾਂ ਚਲਦੀ ਰਹੇ ਕਿ ਬਸ ਮੈਂ ਜੋ ਤੁਹਾਡੇ ਨਾਲ ਜੋ ਮੇਰੇ ਨਾਲ ਵਿਧਾਨ ਸਭਾ ਦੇ ਬਾਹਰ ਅੱਜ ਮੇਰੇ ਨਾਲ ਬੀਤਿਆ ਉਹ ਮੈਂ ਤੁਹਾਡੇ ਨਾਲ ਆਪਣੀ ਗੱਲ ਸਾਰੀ ਸਾਂਝੀ ਕਰਨੀ ਸੀ ਅਗਰ ਠੀਕ ਲੱਗੀਆਂ ਸੱਚੀਆਂ ਗੱਲਾਂ ਲੱਗੀਆਂ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਇਸ ਤਰ੍ਹਾਂ ਦਾ ਫਰਜ਼ੀ ਕੇਜੀ ਮੀਡੀਆ ਬਿਕਾਊ ਮੀਡੀਆ ਗੋਦੀ ਮੀਡੀਆ ਦੇ ਸ਼ੁੱਡ ਬੀ ਸਕੇਅਰਡ ਆਫ ਪਬਲਿਕ opinion ਤੁਹਾਡਾ ਸਾਰਿਆਂ ਦਾ ਮੇਰੇ ਨਾਲ ਜੁੜਨ ਲਈ ਬਹੁਤ-ਬਹੁਤ ਸ਼ੁਕਰੀਆ ਧੰਨਵਾਦ